ਬੈਠ ਕੇ ਹੋਈ। ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਆਪ ਸਬਜ਼ੀਆਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਾਰੇ ਸੇਵਾਦਾਰਾਂ ਵੱਲੋਂ ਆਉਣ ਵਾਲੇ ਸਾਲ ਦੀ ਲੱਖ ਲੱਖ ਵਧਾਈ ਵਧਾਈ ਦਿੰਦਾ ਹੈ। ਜਿਸ ਤਰ੍ਹਾਂ ਆਪ ਨੂੰ ਸਭ ਨੂੰ ਪਤਾ ਹੈਗਾ ਕਿ ਇਹ ਗੁਰਦੁਆਰੇ ਦੀ ਸਥਾਪਨਾ ਦਾ ਪਹਿਲਾ ਸਾਲ ਹੈਗਾ, ਔਰ ਇਸੇ ਤਰ੍ਹਾਂ ਅਸੀਂ ਨਵਾਂ ਸਾਲ ਇਸ ਗੁਰਦੁਆਰੇ ਵਿੱਚ ਪਹਿਲੀ ਵਾਰ ਮਨਾ ਰਹੇ ਹਾਂ। ਇਸ ਗੁਰਦੁਆਰੇ ਦੀ ਸਟੈਬਲਿਸ਼ ਵਾਸਤੇ ਕਈ ਲੋਕਾਂ ਨੇ ਸੇਵਾਵਾਂ ਕੀਤੀਆਂ ਹੈਗੀਆਂ, ਜਿਹਨਾਂ ਦੇ ਨਾਮ ਅਜੇ ਵੀ ਕਦੀ ਉਹਦੀਆਂ ਸਾਹਮਣੇ ਨਹੀਂ ਆਉਣਗੇ, ਪਤਾ ਨਹੀਂ ਹੋਏਗਾ ਕਿ ਜਿਸ ਤਰ੍ਹਾਂ ਉਹਨਾਂ ਨੇ ਸੇਵਾ ਕੀਤੀ ਉਹ ਕੀਤਾ ਹੈਗਾ। ਲਾਸ ਉਹਨਾਂ ਦਾ ਵੀ ਸਾਰੀ ਕਮੇਟੀ ਵੱਲੋਂ, ਗੁਰਦੁਆਰੇ ਦੇ ਸੇਵਾਦਾਰਾਂ ਵੱਲੋਂ ਤੇ ਦੇ ਲੋਕ ਧੰਨਵਾਦ ਕਰਦਾ ਹੈ। ਜਿਸ ਤਰ੍ਹਾਂ ਕਿ ਮੈਦਾਨ ਜੰਗ ਦੇ ਵਿੱਚ ਇੱਕ ਫੌਜੀ ਲੜਾਈ ਲੜਦਾ ਹੈ ਅਤੇ ਜਦੋਂ ਉਹ ਕੁਰਬਾਨੀ ਦਿੰਦਾ ਹੈ, ਮਗਰ ਉਹਦੀ ਕਾਮਯਾਬੀ ਦਾ ਜੋ ਸਿਲਾ ਹੈਗਾ ਉਹਦੇ ਜਨਰਲ ਨੂੰ ਮਿਲਦਾ ਹੈ। ਇਸੀ ਤਰ੍ਹਾਂ ਕਈ ਬੰਦਿਆਂ ਨੇ, ਕਈ ਬੱਚਿਆਂ ਨੇ ਸੇਵਾ ਕੀਤੀ ਹੋਣੀ ਹੈ ਅਤੇ ਸਾਨੂੰ ਉਹਨਾਂ ਦਾ ਕੋਈ ਪਤਾ ਵੀ ਨਹੀਂ ਆਉਣਾ। ਮੈਂ ਤੁਹਾਨੂੰ ਇੱਕ ਵਿਆਖਿਆ ਥੋੜ੍ਹੀ ਜਿਹੀ ਦੋ ਮਿੰਟਾਂ ਵਾਸਤੇ ਦੱਸਦਾ ਹੈਗਾ ਕਿ ਇੱਕ ਟਾਈਮ 'ਤੇ ਦੋ ਬੰਦੇ ਰਾਤ ਦੇ ਟਾਈਮ ਬਰਬਾਦ ਦੇ ਟਾਈਮ ਇੱਕ ਦੂਸਰੇ ਦੇ ਸਾਹਮਣੇ ਹਮੇਸ਼ਾ ਮਿਲਦੇ ਸੀ ਅਤੇ ਰਸਤੇ ਵਿੱਚ ਜਦੋਂ ਇੱਕ ਦੂਸਰੇ ਨੂੰ ਮਿਲਦੇ ਤਾਂ ਇੱਕ ਦੋਸਤ ਜਾਂ ਇੱਕ ਸ਼ਖਸ ਜਾਂ ਜੋ ਇੱਕ ਵਿਅਕਤੀ ਸੀਗਾ ਉਹ ਕਲੱਬ ਵਿੱਚੋਂ ਨਿਕਲ ਕੇ ਸ਼ਰਾਬ ਪੀਤਾ ਹੋਇਆ ਮਸਤੀ ਵਿੱਚ ਆਉਂਦਾ ਸੀ, ਸਵੇਰੇ 3-4 ਵਜੇ ਟਾਈਮ 'ਤੇ ਘਰ ਵੱਲ ਜਾਂਦਾ ਅਤੇ ਇਸੀ ਤਰ੍ਹਾਂ ਇੱਕ ਦੂਸਰਾ ਵਿਅਕਤੀ ਆਪਣੇ ਘਰ ਵਿੱਚੋਂ ਤੇਜ਼ੀ ਇਸ਼ਨਾਨ ਕਰਕੇ ਗੁਰੂ ਦੇ ਦੁਆਰੇ ਵੱਲ ਚੱਲਦਾ ਹੁੰਦਾ। ਇਹ ਹਮੇਸ਼ਾ ਇੱਕ ਦੂਸਰੇ ਦੇ ਆਪਣੇ ਸਾਹਮਣੇ ਜ਼ਰੂਰ ਆਉਂਦੇ ਸੀ ਅਤੇ ਇੱਕ ਦਿਨ ਕੀ ਹੋਇਆ ਕਿ ਜੋ ਬੰਦਾ, ਜੋ ਵਿਅਕਤੀ ਕਲਬਾਂ ਵਿੱਚ ਆਉਂਦਾ ਸੀ ਅਤੇ ਉਹਨੂੰ ਕਲੱਬ ਦੇ ਬਾਥਰੂਮ ਦੇ ਵਿੱਚ ਜਦੋਂ ਗਿਆ ਤਾਂ ਉਹਨੂੰ ਇੱਕ ਤੈਲੀ ਨਜ਼ਰ ਆਈ। ਜਦੋਂ ਤੈਲੀ ਉਹਨੇ ਉਠਾਈ, ਉਸ ਤੈਲੀ ਵਿੱਚ ਦੇਖਿਆ ਉਹਨੂੰ ਹੀਰੇ ਜਵਾਹਰਾਤ ਅਤੇ ਮੋਹਰਾਂ ਵਾਲੀ ਤੈਲੀ ਸੀਗੀ। ਉਹ ਬੜਾ ਖੁਸ਼ ਹੋਇਆ, ਮਸਤੀ ਵਿੱਚ ਬਾਹਰ ਨਿਕਲਿਆ ਅਤੇ ਜਦੋਂ ਫਿਰ ਉਹਦੇ ਸਾਹਮਣੇ ਉਹੀ ਬੰਦਾ ਆਇਆ ਜੋ ਹਮੇਸ਼ਾ ਸਵੇਰੇ ਕਿਸੀ ਸ਼ਾਮ ਕਰਕੇ ਨਿਤਨੇਮ ਵਾਸਤੇ ਸੁੱਚੇ ਸਥਾਨ ਵੱਲ ਤੁਰਿਆ ਹੁੰਦਾ ਸੀ। ਉਹਨੂੰ ਕਹਿੰਦਾ, ਕਹਿੰਦਾ ਦੇਖ ਤੂੰ ਰੋਜ਼ ਜਾਂਦਾ ਹੈਗਾ ਗੁਰਦੁਆਰੇ ਜਾਂ ਜੋ ਤੂੰ ਰੋਜ਼ ਆਉਂਦਾ ਸੁੱਚੇ ਸਥਾਨ ਵਿੱਚ, ਤੈਨੂੰ ਕੁਛ ਨਹੀਂ ਮਿਲਿਆ, ਮੈਂ ਰੋਜ਼ ਕਲਾਬੇ ਜਾਂਦਾ ਫਿਰ ਵੀ ਮੈਨੂੰ ਮੋਹਰਾਂ ਮਿਲੀਆਂ ਆ ਗਈਆਂ। ਇਸੀ ਤਰ੍ਹਾਂ ਇੱਕ ਦਿਨ ਉਹੀ ਬੰਦਾ ਜੋ ਹਮੇਸ਼ਾ ਗੁਰਦੁਆਰੇ ਜਾਂਦਾ ਜਾਂ ਸੁੱਚੇ ਸਥਾਨ ਵੱਲ ਜਾਂਦਾ ਨਿਤਨੇਮ ਵਾਸਤੇ, ਜਦੋਂ ਰਸਤੇ ਵਿੱਚ ਨਿਕਲਦਾ ਅਤੇ ਉਹਨੂੰ ਠੋਕਰ ਲੱਗਦੀ ਹੈ, ਠੋਕਰ ਲੱਗਦੀ ਹੈ ਅਤੇ ਉਹਦੇ ਪੈਰ ਨੂੰ ਮੋਚ ਆਉਂਦੀ ਹੈ, ਉਹ ਪੀੜ ਵਿੱਚ ਜ਼ਮੀਨ 'ਤੇ ਗਿਰਿਆ ਹੁੰਦਾ ਅਤੇ ਉਸੀ ਟਾਈਮ ਉੱਤੇ ਉਹ ਦੂਸਰਾ ਬੰਦਾ ਜੋ ਆਪਣਾ ਕਲੱਬ ਵਿੱਚੋਂ ਨਿਕਲਿਆ ਹੁੰਦਾ ਕਹਿੰਦਾ ਦੇਖ ਮੈਂ ਹਰ ਰੋਜ਼ ਕਲੱਬੇ ਜਾਣਾ, ਮੈਨੂੰ ਮੋਹਰਾਂ ਮਿਲੀਆਂ, ਤੂੰ ਜਾਂਦਾ ਹੈਗਾ ਨਿਤਨੇਮ ਕਰਨੇ, ਤੈਨੂੰ ਠੋਕਰ ਮਿਲੀ ਹੈ, ਤੇਰਾ ਪੈਰ ਦੁਖਿਆ ਹੈਗਾ, ਤੂੰ ਚੱਲ ਵੀ ਨਹੀਂ ਸਕਦਾ। ਉਹਦੇ ਦਿਲ ਵਿੱਚ ਬਹੁਤ ਪੀੜ ਹੋਈ, ਉਹ ਲੰਘਾਉਂਦਾ ਹੋਇਆ ਗਿਆ ਜਿੱਥੇ ਉਹ ਹਮੇਸ਼ਾ ਨਿਤਨੇਮ ਕਰਦਾ ਸੀ ਅਤੇ ਉਹਨੇ ਰੱਬ ਨੂੰ ਬਹੁਤ ਯਾਦ ਕੀਤਾ। ਉਹਨੇ ਇੱਦਾਂ ਯਾਦ ਕੀਤਾ ਕਿ ਕਹਿਣ ਲੱਗਾ ਅੱਜ ਇਸ ਸਵਾਲ ਦਾ ਜਵਾਬ ਤੂੰ ਜ਼ਰੂਰ ਦੇਗਾ ਜੋ ਮੈਂ ਹਰ ਰੋਜ਼ ਜਾਂਦਾ ਹੈਗਾ ਨਿਤਨੇਮ ਕਰਨ 'ਤੇ ਅਤੇ ਮੈਨੂੰ ਤੂੰ ਸਜ਼ਾ ਇਹ ਦਿੱਤੀ ਹੈਗੀ ਅਤੇ ਉਹ ਜੋ ਰੋਜ਼ ਕਲਾਬੇ ਜਾਂਦਾ ਅਤੇ ਉਹਨੂੰ ਮੋਹਰਾਂ ਬਖਸ਼ੀਆਂ। ਉਹ ਆਪਣੇ ਨਿਤਨੇਮ ਨਾਲ ਉਸਨੇ ਗੁਰਦੂ ਦੇ ਕੋਲ ਇਤਨਾ ਹੋ ਗਿਆ ਸੀ ਅਤੇ ਉਹਨੂੰ ਰੱਬ ਨੇ ਦਰਸ਼ਨ ਦੇਣੇ ਪਏ। ਜਦੋਂ ਰੱਬ ਉਹਦੇ ਕੋਲ ਆਇਆ ਤਾਂ ਉਹਨੂੰ ਆਪਣੇ ਗਲੇ ਨਾਲ ਲਗਾਇਆ, ਕਹਿੰਦਾ ਗੁਰਮੁਖਾ ਸੁਣ, ਕਹਿੰਦਾ ਜਿਸ ਬੰਦੇ ਨੂੰ ਮੈਂ ਮੋਹਰਾਂ ਬਖਸ਼ੀਆਂ ਗਿਆ, ਜਿਸ ਬੰਦੇ ਨੂੰ ਮੋਹਰਾਂ ਮਿਲੀਆਂ, ਕਹਿੰਦਾ ਉਹਦੇ ਅੰਦਰ ਉਸਦਾ ਕਹਿੰਦਾ ਰਾਜ ਯੋਗ ਸੀਗਾ, ਉਹ ਦੁਨੀਆਂ ਦਾ ਰਾਜਾ ਬਣਨੇ ਵਾਲਾ ਸੀ, ਮਗਰ ਉਹ ਆਪਣੇ ਕਰਮਾਂ ਕਰਕੇ ਉਹਨੂੰ ਸਿਰਫ ਕਹਿੰਦਾ ਇੱਕ ਥਾਲੀ ਮੋਹਰਾਂ ਨਹੀਂ ਮਿਲੀ। ਉਹ ਕਹਿੰਦਾ ਤੈਨੂੰ ਪਤਾ ਤੇਰਾ ਕੀ ਹੋਣਾ ਸੀ, ਤੈਨੂੰ ਫਾਂਸੀ ਦੀ ਸਜ਼ਾ ਸੀ। ਕਹਿੰਦੇ ਤੂੰ ਤਾਂ ਅੱਛੇ ਕਰਮ ਕੀਤੇ, ਅੱਛੇ ਕੰਮ ਕੀਤੇ ਹੈਗੇ,
ਜੋ ਉਹ ਤੇਰੀ ਸਜ਼ਾ ਕਹਿੰਦਾ ਸਿਰਫ ਤੇਰੇ ਪੈਰ ਦੁਖਣ ਤੱਕ ਚੇਂਜ ਹੋ ਗਏ। ਸੋ ਕਹਿਣ ਦਾ ਭਾਵ ਇਹ ਹੈਗਾ ਪਿਆਰੀ ਸਾਧ ਸੰਗਤ ਜੀ, ਜੇ ਤੁਸੀਂ ਆਪ ਸਭ ਵਰਭਾਗੀ ਹੋ ਤੇ ਅੱਜ ਦੇ ਦਿਨ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਕੀਰਤਨ ਕਥਾ ਸੁਣ ਕੇ ਆਪਣਾ ਜੀਵਨ ਸਫਲਾ ਕਰਦੇ ਹੋ। ਬਸ ਇੰਨਾ ਕਹਿੰਦੇ ਹੋਇਆ ਦਾਸ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤੇ ਆਪਣਾ ਅੰਜਾਮ ਜਾਂ ਨਾਦਾਨ ਬੱਚਾ ਸਮਝ ਕੇ ਮਾਫ਼ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।